ਦੋਸਤੋ ਮੇਰੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਕਰਨੀ ਹੈ ਕੈਨੇਡਾ ਬੇਸਡ ਗੈਂਗਸਟਰ ਅਰਸ਼ਦੀਪ ਸਿੰਘ ਡਾਲੇ ਦੇ ਕ੍ਰਿਮੀਨਲਸ ਉਸਦੇ ਮੋਡਿਊਲਸ ਦੇ ਖਿਲਾਫ ਜਿਹੜਾ ਕਰੈਕਡਾਊਨ ਖਾਸ ਕਰ ਦਿੱਲੀ ਪੁਲਿਸ ਦਾ ਸਪੈਸ਼ਲ ਸੈਲ ਜਿਸ ਨੇ ਬੀਤੇ 1 ਮਹੀਨੇ ਦੌਰਾਨ ਅਰਸ਼ਦੀਪ ਡਾਲੇ ਦੇ ਕਈ ਨਾਮੀ ਸ਼ੂਟਰ ਉਹ ਪਗੋੜੇ ਗੈਂਗਸਟਰ ਜੋ ਕਿ ਕਈ ਸਾਲਾਂ ਤੋਂ ਫੜੇ ਨਹੀਂ ਗਏ ਸਨ ਸੋ ਮੱਚ ਸੋ ਕਿ ਪਿਛਲੇ ਮਹੀਨੇ ਹੀ ਵੱਡੀਆਂ ਅਪਰਾਧਿਕ ਵਾਰਦਾਤਾਂ ਅੰਜਾਮ ਦੇਣ ਵਾਲੇ ਕ੍ਰਿਮੀਨਲਸ ਨੂੰ ਵੀ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗ੍ਰਿਫਤਾਰ ਕਰ ਲਿਆ ਹੈ ਤਿੰਨ ਦਿਨ ਪਹਿਲਾਂ ਹੀ ਦਿੱਲੀ ਤੋਂ ਖਬਰ ਆਂਦੀ ਹੈ ਜਦੋਂ ਕਿ ਕ੍ਰਿਸ਼ਨਾ ਅਤੇ ਗੁਰਿੰਦਰ ਠੇਠੜ ਨਾ ਦੇ ਉਹ ਦੋ ਸ਼ੂਟਰ ਉਹ ਦੋ ਕ੍ਰਾਈਮਨਲਸ ਨੂੰ ਫੜਿਆ ਗਿਆ ਜਿਨ੍ਹਾਂ ਨੇ ਇੱਕ ਮਹੀਨੇ ਪਹਿਲਾਂ ਯਾਨੀ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਮੋਗੇ ਦੇ ਪਿੰਡ ਡਾਲੇ ਉਹੀ ਪਿੰਡ ਜੋ ਕਿ ਅਰਸ਼ਦੀਪ ਡਾਲੇ ਦਾ ਆਪਣਾ ਪਿੰਡ ਹੈ ਉਥੋਂ ਦੇ ਇੱਕ ਨੰਬਰਦਾਰ ਬਲਜਿੰਦਰ ਬੱਲੀ ਦਾ ਕਤਲ ਕੀਤਾ ਸੀ ਅਰਸ਼ਦੀਪ ਡਾਲੇ ਦੱਸਦੇ ਕਿ ਕੈਨੇਡਾ ਵਿੱਚ ਬੈਠ ਕੇ ਬੀਤੇ ਕਈ ਸਾਲਾਂ ਤੋਂ ਅਪਰਾਧ ਦਾ ਇੱਕ ਨੈਟਵਰਕ ਚਲਾਉਂਦਾ ਪਿਆ ਹੈ ਉਸ ਦਾ ਸਰਗਨਾ ਹੈ ਇਸ ਦੀ ਐਸੋਸੀਏਸ਼ਨ ਖਾਲਸਤਾਨ ਟਾਈਗਰ ਫੋਰਸ ਦੇ ਨਾਲ ਵੀ ਮੰਨੀ ਗਈ ਹੈ ਹਰਦੀਪ ਸਿੰਘ ਨੱਜਰ ਦੇ ਨਾਲ ਵੀ ਅਸ਼ਦੀਪ ਢਾਲੇ ਦਾ ਨਾਮ ਜੋੜਿਆ ਗਿਆ ਲੇਕਿਨ ਹਰ ਤੀਸਰੇ ਚੌਥੇ ਮਹੀਨੇ ਬਾਅਦ ਅਸ਼ਦੀਪ ਢਾਲੇ ਵੱਲੋਂ ਪੰਜਾਬ ਵਿੱਚ ਕੋਈ ਨਾ ਕੋਈ ਅਜੇ ਹੀ ਵੱਡੀ ਵਾਰਦਾਤ ਕਰਵਾਤੀ ਜਾਂਦੀ ਹੈ ਅਸ਼ਦੀਪ ਢਾਲੇ ਦਾ ਜਿਹੜਾ ਅਪਰਾਧ ਦਾ ਮੀਟਰ ਹੈ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ ਇਸ ਸਾਲ ਯਾਨੀ ਸਾਲ 2023 ਦੀ ਜੇ ਆਪਾਂ ਗੱਲ ਕਰ ਲਈਏ ਤਾਂ ਅਸ਼ਦੀਪ ਢਾਲਾ ਤਿੰਨ ਵੱਡੇ ਕਤਲ ਦੀਆਂ ਵਾਰਦਾਤਾਂ ਨੂੰ ਪੰਜਾਬ ਦੇ ਫਰੋਸਪੋਰ ਮੋਗੇ ਅਤੇ ਲੁਧਿਆਣਾ ਦਿਹਾਤੀ ਦੇ ਇਲਾਕਿਆਂ ਦੇ ਵਿੱਚ ਅੰਜਾਮ ਦੋਆ ਚੁੱਕਿਆ ਹੈ ਜਨਵਰੀ ਜੂਨ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਤਿੰਨ ਕਤਲ ਪੰਜਾਬ ਦੇ ਵਿੱਚ ਹੁੰਦੇ ਨੇ ਤਿੰਨਾਂ ਦੀ ਜ਼ਿੰਮੇਵਾਰੀਆਂ ਅਰਸ਼ਦੀਪ ਡਾਲੇ ਨੇ ਲਈਆਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਅਰਸ਼ਦੀਪ ਡਾਲੇ ਦੇ ਕ੍ਰਾਈਮਨਲ ਸਰਗਰਮੀਆਂ ਤੇ ਉਸਤੇ ਗੈਂਗਸਟਰ ਦੀ ਤਾਰ ਪਕੜ ਤੋਂ ਇਲਾਵਾ ਗੱਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਬਾਰੇ ਵੀ ਕਰਾਂਗੇ ਕਿਉਂਕਿ ਅਕਸਰ ਲੋਕ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਨੇ ਕਿ ਅਜਿਹੀ ਕਿਹੜੀ ਗਿੱਦੜ ਸਿੰਘੀ ਹੈ ਦਿੱਲੀ ਪੁਲਿਸ ਕੋਲ ਜਿਸ ਦੇ ਕਾਰਨ ਕਿ ਸਾਰੇ ਵੱਡੇ ਕ੍ਰਾਈਮਨਲਸ ਜਿਹੜੇ ਨੇ ਉਹਨਾ ਵੱਲੋਂ ਹੀ ਗ੍ਰਿਫਤਾਰ ਕੀਤੇ ਜਾ ਰਹੇ ਨੇ ਸੋ ਅੱਜ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਾਰਜ ਪ੍ਰਣਾਲੀ ਬਹੁਤ ਸੀ ਚੀਜ਼ਾਂ ਆਪਾਂ ਡਿਸਕਸ ਨਹੀਂ ਕਰ ਪਾਵਾਂਗੇ ਲੇਕਿਨ ਜਿੰਨੀ ਕਿ ਸਮਝ ਆਪਾਂ ਰੱਖਦੇ ਹਾਂ ਉਸ ਮੁਤਾਬਕ ਤੁਹਾਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਿਉਂ ਇੱਡਾ ਐਕਟਿਵ ਵੀ ਹੈ ਤੇ ਕਾਮਯਾਬੀ ਹੁੰਦਾ ਨਜ਼ਰ ਆ ਰਿਹਾ ਹੈ ਸਾਲ 2023 ਦਾ ਪਹਿਲਾ ਜਿਹੜਾ ਕਤਲ ਸੀ ਜਨਵਰੀ ਦੇ ਪਹਿਲੇ ਹਫ਼ਤੇ ਦੌਰਾਨ ਹੀ ਅਰਸ਼ਦੀਪ ਢਾਲੇ ਨੇ ਅੰਜਾਮ ਦਵਾਇਆ ਇਹ ਕਤਲ ਦੀ ਵਾਰਦਾਤ ਸੀ ਜਗਰਾਉਂ ਦੇ ਬਾਰ ਦੇ ਕੇ ਪਿੰਡ ਦਾ ਰਹਿਣ ਵਾਲਾ ਪਰਮਜੀਤ ਸਿੰਘ ਜੋ ਕਿ ਦੱਸਿਆ ਜਾਂਦਾ ਹੈ ਕਿ ਇਲੈਕਟ੍ਰੀਸ਼ੀਅਨ ਸੀ ਆਪਸ ਦੇ ਵਿੱਚ ਪਰਿਵਾਰਾਂ ਦਾ ਕੁਝ ਅਜੀਹਾ ਗੱਲਬਾਤ ਸੀ ਜਿਸ ਕਾਰਨ ਇੱਕ ਵਿਅਕਤੀ ਦਿਲਪ੍ਰੀਤ ਸਿੰਘ ਨੇ ਆਤਮਹੱਤਿਆ ਕਰ ਲਈ ਅਰਸ਼ਦੀਪ ਡਾਲੇ ਜਿਸ ਨੇ ਕਿ ਇਸ ਕਤਲ ਦੀ ਜ਼ਿੰਮੇਵਾਰੀ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਲਈ ਉਸ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇਹ ਬਦਲਾ ਹੈ ਉਸ ਦਿਲਪ੍ਰੀਤ ਨਾ ਦੇ ਵਿਅਕਤੀ ਵੱਲੋਂ ਆਤਮਹੱਤਿਆ ਕੀਤੇ ਜਾਣ ਦਾ ਜਿਸ ਨੇ ਕਿ ਇਸੇ ਪਰਮਜੀਤ ਤੋਂ ਤੰਗ ਆ ਕੇ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਇਸ ਦੇ ਪਿੱਛੇ ਦੀ ਲੰਬੀ ਚੌੜੀ ਕਹਾਣੀ ਹੈ ਮੈਂ ਉਸ ਦੇ ਵਿੱਚ ਜਾਣਾ ਨਹੀਂ ਚਾਹਾਂਗਾ ਕਿਸੇ ਹੋਰ ਅਲੱਗ ਰਿਪੋਰਟ ਦੇ ਵਿੱਚ ਕਿਉਂਕਿ ਉਸ ਦੀ ਵੀ ਕਈ ਨੁਆਂਸਸ ਹੈਗੀਆਂ ਨੇ ਇਸ ਘਟਨਾ ਤੋਂ ਇਸ ਵਾਰਦਾਤ ਤੋਂ ਬਾਅਦ ਪਰਮਜੀਤ ਨੂੰ ਮਾਰਨ ਜਿਹੜੇ ਸ਼ੂਟਰ ਆਏ ਇੱਕ ਗੱਡੀ ਦੇ ਵਿੱਚ ਬੈਠ ਕੇ ਆਈ 20 ਦੇ ਵਿੱਚ ਬੈਠ ਕੇ ਆਏ ਜਿਸ ਨੂੰ ਰਾਜਪ੍ਰੀਤ ਸਿੰਘ ਰਾਜਾ ਬੰਬ ਚਲਾ ਰਿਹਾ ਸੀ ਤੇ ਉਸ ਦੇ ਨਾਲ ਕੁਝ ਹੋਰ ਲੜਕੇ ਜਿਸ ਵਿੱਚ ਇੱਕ ਅਭਿਨਵ ਅਭਿਨਾਦਾ ਲੜਕਾ ਸੀ ਇੱਕ ਤੇਜਵੀਰ ਸੀ ਇੱਕ ਅਦਾ ਹੋਰ ਕ੍ਰਿਮੀਨਲ ਸੀ ਇਹਨਾਂ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਕਤਲ ਕਰਤਾ ਜਾਂਦਾ ਹੈ ਪਰਮਜੀਤ ਸਿੰਘ ਦਾ ਇਸ ਤੋਂ ਬਾਅਦ ਪੁਲਿਸ ਨੇ ਤੇਜਵੀਰ ਅਤੇ ਅਭਿਨੁਤਾ ਗ੍ਰਿਫਤਾਰ ਕਰ ਲਿਆ ਲੇਕਿਨ ਇਹ ਰਾਜਪੀਤ ਰਾਜਾ ਬੰਬ ਅਜੇ ਵੀ ਫਰਾਰ ਚੱਲਦਾ ਪਿਆ ਹੈ ਸੋਸ਼ਲ ਮੀਡੀਆ ਉੱਤੇ ਜਿਹੜੀ ਜ਼ਿੰਮੇਵਾਰੀਆਂ ਚੁੱਕੀਆਂ ਗਈਆਂ ਉਸ ਵਿੱਚ ਕਿਹਾ ਹੈ ਗਿਆ ਕਿ ਪਰਮਜੀਤ ਸਿੰਘ ਦਿਲਪ੍ਰੀਤ ਦੀ ਆਤਮਹੱਤਿਆ ਦਾ ਜ਼ਿੰਮੇਵਾਰ ਸੀ ਬਾਅਦ ਦੇ ਵਿੱਚ ਜਦੋਂ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਇੱਕ ਪਰਿਵਾਰ ਦੇ 7 ਜੀਆਂ ਨੂੰ ਅਰਸ਼ਦੀਪ ਡਾਲੇ ਅਤੇ ਤਰੂ ਦੌਦਰ ਨਾਂ ਦਾ ਇੱਕ ਹੋਰ ਗੈਂਗਸਟਰ ਕ੍ਰਾਈਮਨਲ ਜੋ ਕਿ ਮੋਗੇ ਦੇ ਇਲਾਕੇ ਦੇ ਵਿੱਚ ਐਕਟਿਵ ਰਿਹਾ ਹੈ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਕੋਈ 9 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿੱਚ ਇਸ ਵਿਅਕਤੀ ਯਾਨੀ ਕਿ ਦਿਲਪ੍ਰੀ ਜਿਸ ਨੇ ਆਤਮ ਹੱਤਿਆ ਕੀਤੀ ਸੀ ਉਸ ਦੇ ਪਰਿਵਾਰ ਦੇ ਕਈ ਮੈਂਬਰ ਤੇ ਕਈ ਮਹਿਲਾਵਾਂ ਵੀ ਸ਼ਾਮਿਲ ਸਨ ਲੇਕਿਨ ਮੁੱਖ ਸਰਗਨਾ ਇਸ ਹੱਤਿਆ ਦੀ ਵਾਰਦਾਤ ਦਾ ਸੀ ਅਰਸ਼ਦੀਪ ਡਾਲਾ ਇਸ ਤੋਂ ਅਗਲਾ ਕਤਲ ਜੂਨ ਦੇ ਮਹੀਨੇ ਦੇ ਵਿੱਚ ਕੀਤਾ ਜਾਂਦਾ ਜਦੋਂ ਇੱਕ ਆੜਤੀ ਅਮਰਤ ਲਾਲ ਛਾਵੜਾ ਦਾ ਕਤਲ ਕਰਨ ਲਈ ਅਰਸ਼ਦੀਪ ਡਾਲੇ ਨੇ ਦੋ ਸ਼ੂਟਰ ਭੇਜੇ ਹੁਣ ਆੜਤੀ ਐਸੋਸੀਏਸ਼ਨ ਦੇ ਸਾਬਕਾ ਉਪ ਪ੍ਰਧਾਨ ਰਹੇ ਅਮਰਤ ਲਾਲ ਛਾਵੜਾ ਨੂੰ ਟਾਰਗੇਟ ਕੀਤਾ ਜਾਣਾ ਹੁੰਦਾ ਹੈ ਉਹਨਾਂ ਦੀ ਆਪਣੀ ਦੁਕਾਨ ਯਕਲੀਗਿ ਉੱਤੇ ਇੱਕ ਚੱਕੀ ਸੀ ਜਿੱਥੇ ਕੀ ਐਕਸਪੈਕਟਿਡ ਏ ਸੀ ਕਿ ਸ਼ੂਟਰਾਂ ਵੱਲੋਂ ਅਮਰਤ ਲਾਲ ਛਾਵੜੇ ਨੂੰ ਮਾਰਿਆ ਜਾਏਗਾ ਲੇਕਿਨ ਅਮਰਤ ਲਾਲ ਛਾਵੜਾ ਦੁਪਹਿਰ ਦਾ ਖਾਣਾ ਖਾਣ ਲਈ ਆਪਣੇ ਘਰੇ ਚਲਾ ਜਾਂਦਾ ਹੈ ਉਸ ਤੋਂ ਬਾਅਦ ਉਸ ਦੀ ਥਾਂ ਦੇ ਉੱਤੇ ਇੱਕ ਪ੍ਰੇਮ ਕੁਮਾਰ ਨਾਦਾ ਵਿਅਕਤੀ ਬੈਠਾ ਹੁੰਦਾ ਹੈ ਇੱਕ ਮੋਟਰਸਾਈਕਲ ਉੱਤੇ ਨਕਾਬ ਪੋਸ਼ ਆਪਣੇ ਚਿਹਰਿਆਂ ਨੂੰ ਟਕੇ ਹੋਏ ਦੋ ਹਮਲਾਵਰ ਆਂਦੇ ਨੇ ਜੋ ਇਹੀ ਗੁਰਿੰਦਰ ਅਤੇ ਕ੍ਰਿਸ਼ਨਾ ਵੱਜੋਂ ਆਇਡੈਂਟੀਫਾਈ ਵੀ ਬਾਅਦ ਦੇ ਵਿੱਚ ਕੀਤੇ ਗਏ ਇੱਕ ਮੋਟਰਸਾਈਕਲ ਉੱਤੇ ਇਹ ਲੋਕ ਆਏ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਗੋਲੀਬਾਰੀ ਦੇ ਵਿੱਚ ਪ੍ਰੇਮ ਕੁਮਾਰ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਤਲਵੰਡੀ ਪਾਈ ਦਾ ਇਹ ਇਲਾਕਾ ਯਾਨੀ ਕਿ ਤਲਵੰਡੀ ਪਾਈ ਫਿਰੋਜ਼ਪੁਰ ਜ਼ਿਲ੍ਹੇ ਦਾ ਤਲਵੰਡੀ ਪਾਈ ਦਾ ਇਲਾਕਾ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਆ ਖਾਸ ਕਰਕੇ ਆੜਤੀ ਪਾਈਚਾਰੇ ਵਪਾਰੀ ਪਾਈਚਾਰੇ ਦੇ ਵਿੱਚ ਗੁੱਸਾ ਵੀ ਵੇਖਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਹੜਤਾਲ ਦੇ ਉੱਤੇ ਗਏ ਬਾਜ਼ਾਰ ਵਗੈਰਾ ਬੰਦ ਵੀ ਕੀਤੇ ਗਏ ਸੋ ਅਰਸ਼ਦੀਪ ਡਾਲੇ ਨੇ ਇਸ ਵਾਰਦਾਤ ਦੀ ਵੀ ਜ਼ਿੰਮੇਵਾਰੀ ਲਈ ਅਗਲੀ ਜਿਹੜੀ ਵਾਰਦਾਤ ਸੀ ਉਹ ਪਿਛਲੇ ਮਹੀਨੇ ਯਾਨੀ ਕਿ ਸਤੰਬਰ ਦੇ ਵਿੱਚ ਹੁੰਦੀ ਹੈ ਜਦੋਂ ਕਿ ਨੰਬਰਦਾਰ ਜਿਹੜਾ ਕਿ ਡਾਲੇ ਪਿੰਡ ਦਾ ਆਪਣਾ ਅਰਸ਼ਦੀਪ ਡਾਲਾ ਉਸਦੇ ਨੰਬਰਦਾਰ ਬਲਜਿੰਦਰ ਬੱਲੀ ਨੂੰ ਮਾਰਤਾ ਗਿਆ ਉਸ ਦੇ ਘਰੇ ਵੱੜ ਕੇ ਗੋਲੀਆਂ ਉਸ ਨੂੰ ਮਾਰੀਆਂ ਗਈਆਂ ਇਹੀ ਜਿਹੜੇ ਕ੍ਰਿਮੀਨਲ ਸੀ ਜਿਨ੍ਹਾਂ ਨੇ ਦੱਸਿਆ ਜਾਂਦਾ ਕਿ ਸਿਰਸਾ ਦੇ ਔਡਾ ਤੋਂ ਇੱਕ ਗੱਡੀ ਜਿਹੜੀ ਸੀ ਉਹ ਖੋਈ ਉਸ ਗੱਡੀ ਨੂੰ ਖੋਣ ਤੋਂ ਬਾਅਦ ਉਸੇ ਗੱਡੀ ਦੇ ਵਿੱਚ ਇਹ ਲੋਕ ਆਉਂਦੇ ਨੇ ਵਾਰਦਾਤ ਕਰਦੇ ਨੇ ਘਰੇ ਵੜ ਕੇ ਬਲਜਿੰਦਰ ਬੱਲੀ ਦੇ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਲੋਕ ਫਰਾਰ ਹੋ ਜਾਂਦੇ ਨੇ ਸੋ ਇਹ ਤਿੰਨ ਵੱਡੀਆਂ ਵਾਰਦਾਤਾਂ ਇਸ ਸਾਲ ਦੇ ਵਿੱਚ ਅਰਸ਼ਦੀਪ ਢਾਲੇ ਨੇ ਕੀਤੀਆਂ ਤੇ ਇਹ ਜਿਹੜੀ ਆਖਰੀ ਵਾਰਦਾਤ ਸਤੰਬਰ ਦੇ ਮਹੀਨੇ ਦੇ ਵਿੱਚ ਹੋਈ ਇਸ ਦੀ ਜ਼ਿੰਮੇਵਾਰੀ ਵੀ ਅਰਸ਼ਦੀਪ ਢਾਲੇ ਨੇ ਲਈ ਇਸ ਹੱਤਿਆ ਦਾ ਕਾਰਨ ਇਹ ਦੱਸਿਆ ਗਿਆ ਯਾਨੀ ਕਿ ਅਰਸ਼ਦੀਪ ਢਾਲੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਹੀ ਬਲਜਿੰਦਰ ਬੱਲੀ ਨੇ ਉਸ ਨੂੰ ਅਪਰਾਧ ਦੇ ਰਾਹ ਦੇ ਉੱਤੇ ਤੋੜਿਆ ਹੈ ਸੋ ਇਸ ਕਿਸਮ ਦੀ ਜਸਟੀਫਿਕੇਸ਼ਨ ਇਸ ਸੋਸ਼ਲ ਮੀਡੀਆ ਪੋਸਟ ਉੱਤੇ ਦਿੱਤੀ ਗਈ ਐਥੇ ਇਸ ਚੀਜ਼ ਦਾ ਜ਼ਿਕਰ ਕਰਨਾ ਕਾਫੀ ਇੰਪੋਰਟੈਂਟ ਹੋਏਗਾ ਕਿ ਜਿਸ ਤਰੀਕੇ ਦੇ ਕਲੂਜ਼ ਜਿਸ ਤਰੀਕੇ ਦੀਆਂ ਲੀਡਸ ਅਲੱਗ-ਅਲੱਗ ਜ਼ਿਲ੍ਹਿਆਂ ਦੀ ਪੁਲਿਸ ਕੋਲ ਸੀ ਇਨ੍ਹਾਂ ਸ਼ੂਟਰਾਂ ਇਨ੍ਹਾਂ ਵਾਰਦਾਤਾਂ ਦੇ ਕ੍ਰਾਈਮਨਲਸ ਦੇ ਮੁਤਲਕ ਤਕਰੀਬਨ ਉਹੋ ਜਿਹੀਆਂ ਲੀਡਸ ਜਦੋਂ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਆਪਣੀ ਇੰਟੈਂਸਿਵ ਡਾਟਾ ਮਾਈਨਿੰਗ ਦੇ ਜ਼ਰੀਏ ਇਹਨਾਂ ਕੇਸਾਂ ਦੀ ਇਨਵੈਸਟੀਗੇਸ਼ਨ ਕਰਦਾ ਉਹਨਾਂ ਕੋਲ ਵੀ ਆਈਆਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਰੇ ਤੇ ਸਾਰੇ ਅਪਰਾਧਿਕ ਵਾਰਦਾਤਾ ਅਜਿਹੇ ਕੇਸਸ ਹਨ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਕੋਲ ਕਦੇ ਵੀ ਨਹੀਂ ਸੀ ਇਨਕਲੂਡਿੰਗ ਇਹ ਜਿਹੜੇ ਕ੍ਰਿਸ਼ਨਾ ਤੇ ਗੁਰਿੰਦਰ ਠੇਠੜ ਫੜੇ ਗਏ ਹੈਗੇ ਨੇ ਲੇਕਿਨ ਇਸ ਦੇ ਬਾਵਜੂਦ ਦਿੱਲੀ ਪੁਲਿਸ ਦਾ ਸਪੈਸ਼ਲ ਸੈਲ ਕਿਉਂਕਿ ਉਹਨਾਂ ਦੀ ਕਾਉਂਟਰ ਇੰਟੈਲੀਜੈਂਸ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਸਨ ਡਾਟਾ ਮਾਈਨਿੰਗ ਇੱਕ ਬੜਾ ਇੱਕ ਵੱਖਰੇ ਕਿਸਮ ਦਾ ਇੱਕ ਸਾਇੰਟਿਫਿਕ ਪ੍ਰੋਸੈਸ ਹੈ ਜਿਸ ਦੇ ذریعے ਤੁਸੀਂ ਅਪਰਾਧੀਆਂ ਦੇ ਜਿਹੜੇ ਵੀ ਤੁਹਾਨੂੰ ਜਾਣਕਾਰੀਆਂ ਮਿਲਦੀਆਂ ਨੇ ਉਹਨਾਂ ਦੇ ਕੋਈ ਵਾਰ ਅਜਿਹੇ ਨੰਬਰ ਮਿਲ ਜਾਂਦੇ ਨੇ ਅਜਿਹੇ ਨੋਟਸ ਕਨੈਕਟ ਹੋ ਜਾਂਦੇ ਨੇ ਜਿਨ੍ਹਾਂ ਦੇ ذریعے ਇੱਕ ਦੂਸਰੇ ਦੇ ਨਾਲ ਉਹ ਗੱਲਬਾਤ ਕਰ ਰਹੇ ਹੁੰਦੇ ਨੇ ਸੋ ਉਸ ਤਰੀਕੇ ਦੇ ਜਿਹੜੇ ਨੋਟਸ ਨੂੰ ਕਨੈਕਟ ਕੀਤਾ ਜਾਂਦਾ ਹੈ ਡਾਟਾ ਮਾਈਨਿੰਗ ਦੇ ذریعے ਅੱਗੇ ਤੋਂ ਅੱਗੇ ਲੀਡਸ ਮਿਲਦੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜੇ ਇੱਕ ਵਾਰ ਸਿਲਸਿਲਾ ਸ਼ੁਰੂ ਹੋ ਜਾਏ ਜਿਵੇਂ ਕਿ ਇਸ ਕੇਸ ਦੇ ਵਿੱਚ ਹੋਇਆ ਹੈਰੀ ਰਾਜਪੂਰਾ ਫੜਿਆ ਗਿਆ ਉਸ ਤੋਂ ਬਾਅਦ ਇੱਕ ਮਨੀਸ਼ ਲੰਬਾ ਨਾਂ ਦਾ ਇੱਕ ਹੋਰ ਕ੍ਰਾਈਮਨਲ ਫੜਿਆ ਗਿਆ ਬਾਅਦ ਦੇ ਵਿੱਚ ਹੈਰੀ ਮੌੜਵੀ ਤਰਦਪੋਚਿਆ ਗਿਆ ਤੋ ਉਸ ਤਰੀਕੇ ਦੀ ਜਿਹੜੀ ਸੀਰੀਜ਼ ਹੈਗੀ ਹੈ ਲੀਡਸ ਦੀ ਉਹ ਮਿਲਨੀ ਸ਼ੁਰੂ ਹੋ ਜਾਂਦੀ ਹੈ ਤੇ ਖਾਸ ਕਰਕੇ ਇਹ ਸਾਰੇ ਦੇ ਸਾਰੇ ਕ੍ਰਾਈਮਨਲਸ ਕਿਉਂਕਿ ਇੱਕ ਹੀ ਗੈਂਗਸਟਰ ਦੇ ਨਾਲ ਜੁੜੇ ਹੋਏ ਸਨ ਇੱਕ ਹੀ ਨੈਟਵਰਕ ਇੱਕ ਹੀ ਮੋਡਿਊਲ ਦੇ ਤਹਿਤ ਕੰਮ ਕਰ ਰਹੇ ਸਨ ਖੈਰ ਮੋਡਿਊਲ ਅਲੱਗ-ਅਲੱਗ ਸੀਗੇ ਲੇਕਿਨ ਇਹਨਾਂ ਦਾ ਰابطਾ ਇਹਨਾਂ ਦਾ ਕੰਟੈਕਟ ਅਰਸ਼ਦੀਪ ਡਾਲਾ ਦੇ ਨਾਲ ਸੀ ਸੋ ਅਰਸ਼ਦੀਪ ਡਾਲਾ ਦੇ ਜੇ ਇੱਕ ਸੈੱਟ ਆਫ ਕ੍ਰਾਈਮਨਲਸ ਦੇ ਉੱਧਰ ਪਕੜ ਸ਼ੁਰੂ ਹੋਈ ਉਹਨਾਂ ਨੂੰ ਫੜਿਆ ਗਿਆ ਤਾਂ ਜ਼ਾਹਰੀ ਤੌਰ ਤੇ ਬਹੁਤ ਸਹੀ ਅਜੇਹੀਆਂ ਲੀਡਸ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨਾਂ ਕ੍ਰਾਈਮਨਲਸ ਦੇ ਸੰਦਰਭ ਵਿੱਚ ਜੋ ਪੁਲਿਸ ਦੀ ਜਾਣਕਾਰੀ ਹੈ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੂੰ ਇੱਕ ਖੋਫੀਆ ਇਨਪੁੱਟ ਜਾਂ ਜਾਣਕਾਰੀ ਮਿਲਦੀ ਹੈ ਮਿਲਦੀ ਹੈ ਜਿਸ ਤੋਂ ਬਾਅਦ ਕਿ ਉਹਨਾਂ ਨੇ ਇਹ ਲੋਕਾਂ ਨੂੰ ਫਾਲੋ ਕੀਤਾ ਸਰਾਏ ਕਾਲੇ ਖਾਨ ਦੇ ਇਲਾਕੇ ਦੇ ਵਿੱਚ ਇਹਨਾਂ ਨੂੰ ਪਿੰਪੁਆਇੰਟ ਕਰਕੇ ਇਹਨਾਂ ਦੀ ਲੋਕੇਸ਼ਨ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਥੋੜੀ ਬਹੁਤ ਰੈਜ਼ਿਸਟੈਂਸ ਹੋਈ ਗੋਲੀ ਵੀ ਚੱਲੀ ਦੱਸੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਇੱਥੇ ਇਸ ਚੀਜ਼ ਦਾ ਕੋਈ ਡਿਸਕ੍ਰੈਡਿਟ ਕਿਸੇ ਵੀ ਪੁਲਿਸ ਨੂੰ ਨਹੀਂ ਹੈ ਪੰਜਾਬ ਪੁਲਿਸ ਨੇ ਵੀ ਆਪਣਾ ਕੰਮ ਉਹਨਾਂ ਦੇ ਵੀ ਅਧਿਕਾਰੀਆਂ ਨੇ ਪੂਰੀ ਮਿਹਨਤ ਦੇ ਨਾਲ ਇਹਨਾਂ ਕੇਸਾਂ ਦੀ ਇਨਵੈਸਟੀਗੇਸ਼ਨ ਕੀਤੀ ਕ੍ਰਾਈਮਨਲਸ ਨੂੰ ਫੜਿਆ ਵੀ ਗਿਆ ਕੁਝ ਸ਼ੂਟਰ ਕਾਬੂ ਵੀ ਕੀਤੇ ਜਿਵੇਂ ਕਿ ਜਨਵਰੀ ਦਾ ਜਿਹੜਾ ਪਰਮਜੀਤ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਅਭੀ ਤੇ ਜਿਹੜਾ ਦੂਜਾ ਮੁੰਡਾ ਸੀ ਤੇਜਵੀਰ ਉਹਨਾਂ ਨੂੰ ਗ੍ਰਿਫਤਾਰ ਪੰਜਾਬ ਪੁਲਿਸ ਨੇ ਕੀਤਾ ਇਸੇ ਤਰੀਕੇ ਦੇ ਨਾਲ ਹੋਰ ਕੇਸਾਂ ਦੇ ਵਿੱਚ ਵੀ ਪੰਜਾਬ ਪੁਲਿਸ ਕੰਮ ਕਰਦੀ ਪਈ ਸੀ ਲੇਕਿਨ ਜਿਸ ਹਾਈਡ ਲੈਵਲ ਟੈਕਨੋਲੋਜੀ ਦੀ ਗੱਲ ਆਪਾਂ ਕਰਦੇ ਪਏ ਹਾਂ ਕਟਿੰਗ ਐਜ ਦੇ ਉੱਤੇ ਜਾ ਕੇ ਜਦੋਂ ਤੁਸੀਂ ਇੱਕ ਰੀਅਲ ਟਾਈਮ ਦੇ ਵਿੱਚ ਕ੍ਰਾਈਮਨਲਸ ਨੂੰ ਅਪਰਾਧੀਆਂ ਕਿ ਆਪਸ ਦੇ ਵਿੱਚ ਇੱਕ ਅਜਿਹੇ ਸਰਕਟ ਤੋਂ ਗੱਲ ਕਰ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਟੈਪ ਨਹੀਂ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਛੇਤੀ ਛੇਤੀ ਫੜ ਨਹੀਂ ਸਕਦੇ ਹੋ ਤੁਹਾਨੂੰ ਇੱਕ ਬਹੁਤ ਹੀ ਐਡਵਾਂਸਡ ਟੈਕਨੋਲੋਜੀ ਚਾਹੀਦੀ ਹੈ ਜੋ ਕਿ ਅਨਫੋਰਚੂਨੇਟਲੀ ਪੰਜਾਬ ਪੁਲਿਸ ਕੋ ਨਹੀਂ ਹੈ ਇਹੀ ਕਾਰਨ ਹੈ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਉਸ ਦਾ ਕਾਊਂਟਰ ਇੰਟੈਲੀਜੈਂਸ ਸੈੱਲ ਇਵਨ ਦਿੱਲੀ ਦੀ ਕਈ ਜਿਹੜੇ ਸਪੈਸ਼ਲ ਸੈੱਲ ਦੀਆਂ ਰੇਂਜੇਸ ਹੈਗੀਆਂ ਨੇ ਆਪਸ ਦੇ ਵਿੱਚ ਇਹਨਾਂ ਰੇਂਜੇਸ ਦਾ ਵੀ ਮੁਕਾਬਲਾ ਹੁੰਦਾ ਹੈ ਤੋ ਇਹ ਨਾ ਸਮਝਿਆ ਜਾਵੇ ਕਿ ਕਿ ਦਿੱਲੀ ਪੁਲਿਸ ਦਾ ਇੱਕ ਸਪੈਸ਼ਲ ਸੈੱਲ ਬੈਠਾ ਹੈ ਤੇ ਉਹਦੇ ਕੋਲ ਜਾ ਕੇ ਕ੍ਰਿਮੀਨਲ ਪੇਸ਼ ਹੋ ਜਾਂਦੇ ਨੇ ਕਈ ਲੋਕਾਂ ਨੇ ਕਿਹਾ ਵੀ ਹੈ ਕਈ ਵਾਰ ਇਹ ਚਰਚਾਵਾਂ ਹੁੰਦੀਆਂ ਨੇ ਜੀ ਕ੍ਰਿਮੀਨਲ ਇਹਨਾਂ ਕੋਲ ਪੇਸ਼ ਹੁੰਦੇ ਨੇ ਹੋ ਸਕਦਾ ਇਹ ਚੀਜ਼ ਵੀ ਹੁੰਦੀ ਹੋਵੇ ਆਪਾਂ ਉਸ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ ਲੇਕਿਨ ਇਸ ਕੇਸ ਦੇ ਵਿੱਚ ਜਿਹੜਾ ਕ੍ਰਿਸ਼ਨਾ ਦਾ ਜਿਹੜਾ ਗ੍ਰਿਫਤਾਰੀ ਹੋਈ ਹੈ ਗੁਰਿੰਦਰ ਠੇਠੜ ਦੀ ਗ੍ਰਿਫਤਾਰੀ ਹੋਈ ਹੈ ਹੈਰੀ ਮੋੜ ਦੀ ਗ੍ਰਿਫਤਾਰੀ ਹੋਈ ਉਸ ਤੋਂ ਪਹਿਲਾਂ ਹੈਰੀ ਰਾਜਪੂਰੇ ਨੂੰ ਫੜਿਆ ਗਿਆ ਮਨੀਸ਼ ਲਾਂਬੇ ਨੂੰ ਫੜਿਆ ਗਿਆ ਇਹ ਪੰਜ ਜਿਹੀਆਂ ਗ੍ਰਿਫਤਾਰੀਆਂ ਨੇ ਜੋ ਕਿ ਸੁੱਖਾ ਦੁਨੇਕੇ ਤੇ ਅਰਸ਼ ਤੋ ਇਹਨਾਂ ਸਾਰੀਆਂ ਗ੍ਰਿਫਤਾਰੀਆਂ ਦੇ ਬੜੇ ਗੰਭੀਰ ਮਾਇਨੇ ਹੈਗੇ ਨੇ ਇਸ ਦਾ ਮਤਲਬ ਇਹ ਹੈ ਕਿ ਅਰਸ਼ ਢਾਲੇ ਦੇ ਨੈਟਵਰਕ ਨੂੰ ਵੀ ਇੱਕ ਵੱਡਾ ਡੈਂਟ ਇਸ ਪਿਛਲੇ 1 ਮਹੀਨੇ ਦੇ ਅਰਸੇ ਦੌਰਾਨ ਲੱਗਿਆ ਹੈ ਕੋਈ ਸ਼ੂਟਰ ਅਜੇ ਵੀ ਉਸ ਦੇ ਬਾਹਰ ਹੈਗੇ ਨੇ ਜਿਵੇਂ ਕਿ ਮੈਂ ਰਾਜਾ ਬੰਬ ਦਾ ਨਾ ਲਿਆ ਰਾਜਪ੍ਰੀਤ ਬੰਬ ਜੋ ਕਿ ਉਸ ਜਨਵਰੀ ਦੀ ਘਟਨਾ ਦੇ ਵਿੱਚ ਵੌਂਟਡ ਸੀ ਉਸ ਦੀ ਭੂਮਿਕਾ ਹੋਰ ਜਿਹੜੇ ਮਰਡਰ ਹੈਗੇ ਨੇ ਉਹਨਾਂ ਦੇ ਵਿੱਚ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਪੁਲਿਸ ਰਾਜੇ ਬੰਬ ਦੀ ਵੀ ਇਸ ਵਕਤ ਪਾਲ ਕਰਦੀ ਪਈ ਹੈ ਲੇਕਿਨ ਲੈ ਦੇ ਕੇ ਮੋਟੀ ਗੱਲ ਇਹ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਿਹੜੀ ਦੋ ਚੀਜ਼ਾਂ ਦੇਖੋ ਇੱਕ ਹੁੰਦਾ ਇੱਕ ਟੈਕਨੋਲੋਜੀ ਟੈਕਨੋਲੋਜੀ ਹੋਣਾ ਐਡਵਾਂਸਡ ਟੈਕਨੋਲੋਜੀ ਹੋਣਾ ਇੱਕ ਚੀਜ਼ ਹੈ ਇਹੀ ਟੈਕਨੋਲੋਜੀ ਹੋਰ ਪੁਲਿਸ ਦੇ ਵਿਭਾਗਾਂ ਕੋਲ ਵੀ ਹੈ ਏਐਨਆਈਓ ਕੋਲ ਵੀ ਟੈਕਨੋਲੋਜੀ ਅਵੇਲੇਬਲ ਹੈ ਲੇਕਿਨ ਗੱਲ ਇਹ ਵੀ ਪੁਲਿਸ ਦੇ ਅਧਿਕਾਰੀ ਜਿਹੜੇ ਇਹਨਾਂ ਇਹਨਾਂ ਲੋ ਕ੍ਰਾਈਮਨਲਸ ਦੇ ਉੱਤੇ ਕੰਮ ਕਰਦੇ ਪਏ ਨੇ ਉਹਨਾਂ ਦਾ ਆਪਣਾ ਇੰਟਰਸਟ ਕਿੰਨਾ ਹੈ ਇਸ ਕੇਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਰਹੀ ਹੈ ਕਿ ਦਿੱਲੀ ਪੁਲਿਸ ਨੇ ਬਹੁਤ ਹੀ ਸ਼ਿੱਦਤ ਦੇ ਨਾਲ ਜਾ ਕੇ ਇਹ ਸਭ ਨੂੰ ਟਰੈਕ ਕੀਤਾ ਡਾਟਾ ਮਾਈਨਿੰਗ ਕੋਈ ਸੌਖਾ ਕੰਮ ਨਹੀਂ ਹੁੰਦਾ ਤੇ ਡਾਟਾ ਮਾਈਨਿੰਗ ਤੁਸੀਂ ਅਜਿਹੇ ਕੇਸਾਂ ਦੇ ਵਿੱਚ ਕਰ ਰਹੇ ਹੋ ਜੋ ਕਿ ਤੁਹਾਡੇ ਜੂਰੀਸਡਿਕਸ਼ਨ ਦੇ ਕੇਸ ਨਹੀਂ ਹੈਗੇ ਨੇ ਲੇਕਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈਨ ਨੂੰ ਇਸ ਚੀਜ਼ ਦਾ ਕ੍ਰੈਡਿਟ ਜ਼ਰੂਰ ਜਾਂਦਾ ਹੈ ਕਿ ਉਹ ਫੇਰ ਵੀ ਕਿਉਂਕਿ ਅਪਰਾਧ ਨੂੰ ਰੋਕਣਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਜਿਹੜਾ ਕਰਿਮੀਨਲ ਪੰਜਾਬ ਲਈ ਸਰਦਰਦੀ ਹੈ ਕੱਲ ਨੂੰ ਉਹ ਦਿੱਲੀ ਦੇ ਵਿੱਚ ਕਿਉਂਕਿ ਅਰਸ਼ਦੀਪ ਡਾਲੇ ਦੀ ਜਿਹੜੀ ਕਹਾਣੀ ਦਿੱਲੀ ਦੇ ਵਿੱਚ ਸ਼ੁਰੂ ਕਿੱਥੋਂ ਹੁੰਦੀ ਹੈ 5 ਕਰੋੜ ਦੀ ਫਰੋਤੀ ਦਿੱਲੀ ਦੇ ਇੱਕ ਬਿਜ਼ਨਸਮੈਨ ਤੋਂ ਮੰਗੀ ਗਈ ਸੀ ਉਸ ਤੋਂ ਬਾਅਦ ਅਰਸ਼ਦੀਪ ਡਾਲਾ ਦਿੱਲੀ ਪੁਲਿਸ ਦੇ ਸਕੈਨਰ ਉੱਤੇ ਆਇਆ ਅਰਸ਼ਦੀਪ ਢਾਲੇ ਦੀਆਂ ਵਾਰਦਾਤਾਂ ਯਾਨੀ ਕਿ ਉਸ ਵੱਲੋਂ ਕਰਵਾਈਆਂ ਗਈਆਂ ਵਾਰਦਾਤਾਂ ਉੱਤਰਾਖੰਡ ਤੱਕ ਪਹੁੰਚ ਜਾਂਦੀਆਂ ਮਹਿਲ ਸਿੰਘ ਦਾ ਆਪਾਂ ਮਰਡਰ ਕੇਸ ਡਿਸਕਸ ਕੀਤਾ ਸੀ ਸੋ ਜਦੋਂ ਤੁਸੀਂ ਕਿ ਇੰਟਰ ਸਟੇਟ ਕ੍ਰਿਮੀਨਲ ਨੈਕਸਸ ਜਾਂ ਨੈਟਵਰਕ ਚਲਾਉਂਦੇ ਹੋ ਜਦੋਂ ਤੁਸੀਂ ਦਿੱਲੀ ਜਾਂ ਉੱਤਰਾਖੰਡ ਦੇ ਵਿੱਚ ਜਾ ਕੇ ਵਾਰਦਾਤਾਂ ਕਰਦੇ ਹੋ ਉੱਥੋਂ ਦੀਆਂ ਪੁਲਿਸ ਟੀਮਾਂ ਜਾਂ ਏਜੰਸੀਆਂ ਨੇ ਸੁਭਾਵਿਕ ਤੌਰ ਤੇ ਥੋੜੀ ਇਨਵੈਸਟੀਗੇਸ਼ਨ ਪੜਤਾਲ ਕਰਨੀ ਹੈ ਇਹੀ ਉਹ ਸਮਾਂ ਸੀ ਜਦੋਂ ਕਿ ਦਿੱਲੀ ਪੁਲਿਸ ਦੇ ਕਹਿ ਲਈ ਕਿ ਨਜ਼ਰਾਂ ਦੇ ਵਿੱਚ ਅਰਸ਼ਦੀਪ ਡਾਲਾ ਤੇ ਉਸਦੇ ਮੋਡਿਊਲ ਚੜੇ ਇੱਥੇ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਆਪਾਂ ਰਿਪੋਰਟ ਬਣਾਈ ਸੀ ਜੱਸਾ ਕਪਤਾਨ ਅਤੇ ਨੌਸ਼ਾਦ ਬਾਰੇ ਦਿੱਲੀ ਦੇ ਪਲਸਵਾੜ ਡੈਰੀ ਦਾ ਇਲਾਕਾ ਸੀ ਜਿੱਥੇ ਇੱਕ ਬਹੁਤ ਵੱਡੀ ਵਾਰਦਾਤ ਹੋਈ ਸੀ ਇੱਕ ਵਿਅਕਤੀ ਨੂੰ ਗਵਾ ਕਰਕੇ ਉਸ ਦੇ ਸਰੀਰ ਦੇ ਕਈ ਟੁਕੜੇ ਕਰਕੇ ਇਸ ਪੂਰੇ ਦੇ ਪੂਰੇ ਕਿਨੋਨੇ ਕਤਲ ਦੀ ਵਾਰਦਾਤ ਦੀ ਵੀਡੀਓ ਫਿਲਮਿੰਗ ਕਰਕੇ ਪਾਕਿਸਤਾਨ ਬੇਸਡ ਹੈਂਡਲਰਸ ਨੂੰ ਭੇਜੀ ਗਈ ਨੌਸ਼ਾਦ ਤੇ ਜੱਸਾ ਕਪਤਾਨ ਜੋ ਕਿ ਅਰਸ਼ ਅਰਜੀਬ ਡਾਲੇ ਦੇ ਨਾਲ ਇਨ ਟੱਚ ਸੀ ਜੋ ਇੱਕ ਪਾਸੇ ਮਾਲ ਸਿੰਘ ਦਾ ਕਤਲ ਬੀਤੇ ਸਾਲ ਅਕਤੂਬਰ ਨੂੰ ਕੀਤਾ ਜਾਂਦਾ ਉਸ ਤੋਂ ਬਾਅਦ ਜਨਵਰੀ ਦੇ ਮਹੀਨੇ ਦੇ ਵਿੱਚ ਇਸ ਵੱਡੀ ਵਾਰਦਾਤ ਦਾ ਖੁਲਾਸਾ ਹੁੰਦਾ ਹੈ ਦਿੱਲੀ ਦੇ ਕਈ ਬਿਜ਼ਨਸਮੈਨ ਨੂੰ ਰੰਗਦਾਰੀ ਦੀਆਂ ਫਰੋਟੀ ਦੀਆਂ ਕੋਲਾਾਂ ਅਰਸ਼ਦੀਪ ਡਾਲਾ ਲਾਰਿਆ ਸੀ ਸੋ ਬੇਸ਼ੱਕ ਪੰਜਾਬ ਦੇ ਵਿੱਚ ਉਸਦਾ ਅਪਰਾਧ ਦਾ ਮੀਟਰ ਇਸ ਸਾਲ ਆਪਾਂ ਤਿੰਨ ਕਤਲ ਕੇਸ ਦੀ ਦਾ ਜ਼ਿਕਰ ਕੀਤਾ ਹੈ ਇਹਨਾਂ ਦੇ ਉੱਤੇ ਤਾਂ ਨਜ਼ਰਾਂ ਸਨ ਦੇਸ਼ ਦੀਆਂ ਏਜੰਸੀਆਂ ਦੀ ਕਿਉਂਕਿ ਉਹ ਨਰਸ਼ਦੀਪ ਡਾਲਾ ਕੱਲਾ ਪੰਜਾਬ ਪੁਲਿਸ ਦਾ ਪਰਸਨ ਆਫ ਇੰਟਰਸਟ ਨਹੀਂ ਬਲਕਿ ਇਹ ਹੁਣ NIA ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਵੀ ਪਰਸਨ ਆਫ ਇੰਟਰਸਟ ਸੀ ਇਸੇ ਕਾਰਨ ਇਸ ਦੀ ਜਿਹੜੀ ਡਾਟਾ ਮਾਈਨਿੰਗ ਇਸ ਦੇ ਨਾਲ ਜੁੜੇ ਜਿਹੜੇ ਕ੍ਰਾਈਮਨਲ ਮੋਡਿਊਲ ਸੀ ਉਹਨਾਂ ਦੀ ਇੰਟੈਂਸਿਵ ਡਾਟਾ ਮਾਈਨਿੰਗ ਅਫਸਰਾਂ ਨੇ ਬੜੀ ਮਿਹਨਤ ਨਾਲ ਕੀਤੀ ਨੈਟ ਰਿਜ਼ਲਟ ਐਂਡ ਰਿਜ਼ਲਟ ਇਹ ਹੈ ਕਿ ਕ੍ਰਾਈਮਨਲ ਸੰਦੀਪ ਨੰਗਲੰਬੀਆਂ ਦੇ ਕਾਤਲ ਫੜੇ ਗਏ ਆ ਜਿਹੜਾ ਪਿਛਲੇ ਮਹੀਨੇ ਕਤਲ ਕੀਤਾ ਜਾਂਦਾ ਹੈ ਜਾਂ ਫਿਰ ਜੂਨ ਦੇ ਮਹੀਨੇ ਦੇ ਵਿੱਚ ਪ੍ਰੇਮ ਕੁਮਾਰ ਨੂੰ ਮਾਰਿਆ ਗਿਆ ਬਲਜਿੰਦਰ ਬੱਲੀ ਨੰਬਰਦਾਰ ਨੂੰ ਮਾਰਿਆ ਗਿਆ ਇਹਨਾਂ ਦੇ ਕਾਤਲ ਫੜੇ ਗਏ ਹੈਗੇ ਨੇ ਸੋ ਨੈਟ ਜਿਹੜਾ ਰਿਜ਼ਲਟ ਹੈ ਉਹ ਮੈਟਰ ਕਰਦਾ ਹੈ ਬਾਟਮ ਲਾਈਨ ਇਹ ਹੈ ਕਿ ਨਤੀਜੇ ਆ ਰਹੇ ਹੋਣੇ ਚਾਹੀਦੇ ਨੇ ਕਿਹੜੇ ਰਾਜ ਦੀ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਇਹ ਚੀਜ਼ ਮਟੀਰੀਅਲ ਹੋ ਚੁੱਕੀ ਹੈ ਇੱਥੇ ਸਮਝਣ ਵਾਲਾ ਪੁਆਇੰਟ ਇਹ ਵੀ ਜਦੋਂ ਅਪਰਾਧੀਆਂ ਨੇ ਕ੍ਰਿਮਨਲਸ ਨੇ ਗੈਂਗਸਟਰ ਨੇ ਆਪਣੀਆਂ ਹਦਾਂ ਪਾਰ ਕਰ ਲਈਆਂ ਹਦਾ ਦਾ ਮਤਲਬ ਹੈ ਕਿ ਲਿਟਰਲੀ ਹਦਾ ਤਪਾਰ ਕਰ ਲੀਏ ਜਦੋਂ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਉਹ ਖਿਲਵਾੜ ਕਰਦੇ ਨੇ ਲੇਕਿਨ ਜਦੋਂ ਉਹਨਾਂ ਨੇ ਰਾਜਾਂ ਦੀਆਂ ਸਰਹੱਦਾਂ ਬਾਉਂਡਰੀਜ਼ ਵੀ ਕ੍ਰਾਸ ਕਰ ਲੀਆਂ ਉਤਰਾਖੰਡ ਪਹੁੰਚ ਗਏ ਉਹ ਦਿੱਲੀ ਪਹੁੰਚ ਗਏ ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਹੈਗੀ ਹੈ ਇਹਨਾਂ ਰਾਜਾਂ ਦੀ ਉਹ ਵੀ ਆਪਣੀ ਜੂਰਿਸਡਿਕਸ਼ਨ ਤੇ ਵਿੱਚ ਹੀ ਰਹਿ ਕੇ ਕੰਮ ਕਰੇ ਇਸ ਚੀਜ਼ ਦੀ ਵੀ ਜ਼ਿਆਦਾ ਜਿਹੜੀ ਐਕਸਪੈਕਟੇਸ਼ਨ ਸਾਨੂੰ ਨਹੀਂ ਕਰਨੀ ਚਾਹੀਦੀ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਹੋਣ ਵਾਲੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਆਪਰੇਸ਼ਨ ਜਾਂ ਫਿਰ ਦਿੱਲੀ ਹੈ ਕਿਸੇ ਹੋਰ ਰਾਜ ਦੇ ਵਿੱਚ ਜੇ ਪੰਜਾਬ ਪੁਲਿਸ ਦੀ ਏਜੀਟੀਐਫ ਜਾ ਕੇ ਕਾਰਵਾਈਆਂ ਕਰਦੀ ਹੈ ਚਾਹੇ ਉਹ ਬੰਬੇ ਤੱਕ ਜਾਂਦੇ ਨੇ ਚਾਹੇ ਉਹ ਗੁਜਰਾਤ ਤੱਕ ਜਾਂਦੇ ਨੇ ਚਾਹੇ ਉਹ ਨੇਪਾਲ ਦੇ ਬਾਰਡਰਾਂ ਤੱਕ ਜਾਂਦੇ ਨੇ ਕਿਸੇ ਪੁਲਿਸ ਨੂੰ ਕਿਸੇ ਵੀ ਪੁਲਿਸ ਦੇ ਉਹਨਾਂ ਦੇ ਇਲਾਕੇ ਦੇ ਵਿੱਚ ਆ ਕੇ ਕੰਮ ਕਰਨ ਤੋਂ ਉਹਨਾਂ ਦੀ ਅਧਿਕਾਰ ਖੇਤਰ ਜੂਰਿਸਡਿਕਸ਼ਨ ਵਿੱਚ ਆ ਕੇ ਕੰਮ ਕਰਨ ਤੋਂ ਹੁਣ ਕੋਈ ਵੀ ਇਤਰਾਜ਼ ਨਹੀਂ ਹੈ ਕਿਉਂਕਿ ਪਹਿਲਾਂ ਟੈਕਨੀਕਲ ਲੈਵਲ ਦੇ ਉੱਤੇ ਲੀਗਲੀ ਇਹ ਸਾਰੀਆਂ ਚੀਜ਼ਾਂ ਦੇ ਕੁਝ ਪ੍ਰੋਟੋਕੋਲਸ ਬਣੇ ਹੋਏ ਨੇ ਲੇਕਿਨ ਇਸ ਵਕਤ ਇਹ ਜਿਹੜੇ ਆਪਰੇਸ਼ਨਸ ਨੇ ਇਹ ਏਜੰਸੀਆਂ ਖੁੱਲਕੇ ਕਰ ਰਹੀਆਂ ਨੇ ਇਹ ਕੁਝ ਇਹਨਾਂ ਕੇਸਾਂ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਿਆ ਤਾਂ ਹੀ ਕਰਕੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜੋ ਕਿ ਪੰਜਾਬ ਦੀਆਂ ਹੋ ਰੀਆਂ ਵੱਡੀਆਂ ਅਪਰਾਧਿਕ ਵਾਰਦਾਤਾਂ ਦੇ ਨਾਲ ਜੁੜੀਆਂ ਹੋਈਆਂ ਇਨਵੈਸਟੀਗੇਸ਼ਨ ਦੇ ਨਾਲ ਇਨਵੋਲ ਹੋ ਗਿਆ ਕਿਉਂਕਿ ਉਹਨਾਂ ਕੋਲ ਟੈਕਨੋਲੋਜੀ ਬੈਟਰ ਹੈ ਡਾਟਾ ਮਾਈਨਿੰਗ ਦੇ ਜ਼ਰੀਏ ਐਗਜ਼ਾਸਟਿਵ ਅਨਾਲਿਸਿਸ ਦੇ ਜ਼ਰੀਏ ਉਹਨਾਂ ਦੀ ਟੀਮਾਂ ਦੇ ਵਿੱਚ ਇੱਕ ਕਪੈਸਿਟੀ ਤੇ ਸਮਰੱਥਾ ਹੈ ਕਿ ਉਹ ਸਮੇਂ ਸਿਰ ਕਾਰਵਾਈ ਕਰਕੇ ਰੀਅਲ ਟਾਈਮ ਦੇ ਵਿੱਚ ਇਹਨਾਂ ਕ੍ਰਿਮਨਲਸ ਨੂੰ ਚੇਸ ਕਰ ਸਕਦੇ ਨੇ ਇਹਨਾਂ ਨੂੰ ਡਿਟੈਕਟ ਕਰ ਸਕਦੇ ਨੇ ਇਹਨਾਂ ਦੀ ਲੋਕੇਸ਼ਨਸ ਪਿੰਪੁਆਇੰਟ ਕਰ ਸਕਦੇ ਨੇ ਤੇ ਇਹਨਾਂ ਦੀ ਤਰ ਪਕੜ ਕਰ ਸਕਦੇ ਨੇ ਜੋ ਕਿ ਇਹਨਾਂ ਨੇ ਕੀਤੀ ਸੋ ਇੱਕ ਵਾਰ ਫੇਰ ਬਤਾਈ ਦੀ ਪਾਤਰ ਹੈ ਦਿੱਲੀ ਪੁਲਿਸ ਤੇ ਉਸ ਦਾ ਸਪੈਸ਼ਲ ਸੈਲ ਕਾਊਂਟਰ ਇੰਟੈਲੀਜੈਂਸ ਟੀਮ ਐਟ ਅ ਸੇਮ ਇੰਟੈਂਟ ਟਾਈਮ ਪੰਜਾਬ ਪੁਲਿਸ ਵੀਕ ਸਵਰਥ ਪੁਲਿਸ ਹੈ ਪੰਜਾਬ ਪੁਲਿਸ ਦੀ ਹਿਊਮਨ ਇੰਟੈਲੀਜੈਂਸ ਦਾ ਜਿਹੜਾ ਲੈਵਲ ਹੈ ਉਹ ਦਿੱਲੀ ਪੁਲਿਸ ਦੇ ਇਸ ਟੈਕਨੀਕਲ ਐਡਵਾਂਸਮੈਂਟ ਦੇ ਲੈਵਲ ਨੂੰ ਕਾਫੀ ਹੱਦ ਤੱਕ ਮੈਚ ਕਰਦਾ ਤੇ ਉਸ ਤੋਂ ਕਿਤੇ ਅੱਗੇ ਵੀ ਜਾਂਦਾ ਹੈ ਸਿਰਫ ਟੈਕਨੋਲੋਜੀ ਇੱਕ ਜਿਹੀ ਸ਼ਾਰਟਕਮਿੰਗ ਹੈ ਇੱਕ ਜਿਹੀ ਕਮੀ ਖਾਮੀ ਹੈ ਕਿਉਂਕਿ ਪੰਜਾਬ ਪੁਲਿਸ ਨੂੰ ਪਿੱਛੇ ਖਿੱਚ ਰਹੀ ਹੈ ਰੋਕ ਰਹੀ ਹੈ ਜੇ ਉਸਦੇ ਅਧਿਕਾਰੀ ਸਿੱਦਕਤ ਦੇ ਨਾਲ ਇਨਵੈਸਟੀਗੇਸ਼ਨ ਕਰਦੇ ਨੇ ਤਕਨੀਕੀ ਲੈਵਲ ਦੇ ਉੱਤੇ ਜਿਹੜਾ ਡਾਟਾ ਉਹਨਾਂ ਨੂੰ ਕੁਝ ਘੰਟਿਆਂ ਦੇ ਵਿੱਚ ਉਪਲਬਧ ਹੋਣਾ ਚਾਹੀਦਾ ਉਹ ਕਈ ਕਈ ਦਿਨ ਤੇ ਕਈ ਕਈ ਹਫ਼ਤੇ ਨਹੀਂ ਮਿਲਦਾ ਇਸੇ ਕਰਕੇ ਪੰਜਾਬ ਪੁਲਿਸ ਪਿੱਛੜ ਜਾਂਦੀ ਹੈ ਬਾਅਦ ਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਜਦੋਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਉਸ ਦੇ ਕਾਰਨ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕਾ ਸੋ ਅਰਸ਼ਦੀਪ ਢਾਲੇ ਪਿਛਲੇ 1 ਮਹੀਨੇ ਦੇ ਵਿੱਚ ਬਹੁਤ ਅਜਿਹੇ ਗੈਂਗਸਟਰ ਉਸ ਦੇ ਕਾਬੂ ਕੀਤੇ ਜਾ ਚੁੱਕੇ ਨੇ ਲੇਕਿਨ ਅਜੇ ਵੀ ਅਰਸ਼ਦੀਪ ਢਾਲੇ ਨੂੰ ਅੰਡਰਐਸਟੀਮੇਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਕ ਅਜੇਹਾ ਸ਼ਾਤਰ ਅਪਰਾਧੀ ਤੇ ਕਰਿਮਨਲ ਹੈ ਜੋ ਕਿ ਨਵੇਂ ਮੁੰਡੇ ਤਿਆਰ ਕਰ ਨਵੇਂ ਕ੍ਰੈਂਕਸਰ ਤਿਆਰ ਕਰ ਸਕਦਾ ਹੈ ਇੱਕ ਨਵੀਂ ਪਨੀਰੀ ਨੂੰ ਖੜਾ ਕਰਕੇ ਉਹਨਾਂ ਤੋਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਵਾ ਸਕਦਾ ਹੈ ਸੋ ਹੀ ਰਿਮੇਨਸ ਐਸ ਡੇਂਜਰਸ ਐਸ ਐਵਰ ਅਰਥਡੇ ਡਾਲੇ ਵੱਲੋਂ ਨਿਰੰਤਰਤਾ ਦੇ ਵਿੱਚ ਤਿਆਰ ਕੀਤੇ ਜਾਣ ਵਾਲੇ ਅਪਰਾਧੀਆਂ ਦੀ ਇੱਕ ਜਿਹੜੀ ਪਨੀਰੀ ਹੈ ਜੋ ਕਿ ਤਿਆਰ ਹੋ ਰਹੀ ਹੈ ਪਕ ਰਹੀ ਹੈ ਜੋ ਕਿ ਆਪਣੀਆਂ ਮਜਬੂਰੀਆਂ ਆਪਣੇ ਲਾਲਚਾਂ ਆਪਣੇ ਕਿਸੇ ਵੀ ਮੋਟੀਵੇਸ਼ਨ ਦੇ ਕਾਰਨ ਕਿਸੇ ਵੀ ਚਸਕੇ ਦੇ ਕਾਰਨ ਕਿਸੇ ਫਲੈਂਬੋਇੰਸ ਦੇ ਕਾਰਨ ਇਸ ਅਪਰਾਧੀ ਦੁਨੀਆ ਦੇ ਵਿੱਚ ਆਉਂਦੇ ਨੇ ਸੋ ਉਹ ਸਿਲਸਿਲਾ ਰੁਕਣਾ ਚਾਹੀਦਾ ਜਦ ਤੱਕ ਉਹ ਸਿਲਸਿਲਾ ਨਹੀਂ ਰੁਕਦਾ ਤਦ ਤੱਕ ਆਪਾਂ ਨਹੀਂ ਕਹਾਂਗੇ ਕਿ ਇਹ ਇਫੈਕਟਿਵ ਤਰੀਕੇ ਨਾਲ ਸੰਗਠਿਤ ਅਪਰਾਧ ਤੇ ਖਾਸ ਕਰਕੇ ਅਸ਼ਦੀਪ ਡਾਲੇ ਦਾ ਜਿਹੜਾ ਆਪਣਾ ਇਕੋਸਿਸਟਮ ਹੈ ਉਸ ਦੇ ਉੱਤੇ ਕਾਬੂ ਕੀਤਾ ਜਾ ਸਕਿਆ ਹੈ ਸੋ ਅ ਅੱਜ ਦੀ ਰਿਪੋਰਟ ਦੇ ਵਿੱਚ ਮੈਂ ਇਹੀ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ ਸੀ ਆ ਜਿਹੜੇ ਗੁਰਿੰਦਰ ਤੇ ਕ੍ਰਿਸ਼ਨਾ ਫੜੇ ਗਏ ਹੈਗੇ ਨੇ ਇਹਨਾਂ ਦੀਆਂ ਉਮਰਾਂ ਵੀ 23 25 25 ਸਾਲ ਹੈਗੇ ਨੇ ਸੋ ਤੁਸੀਂ ਇਮੇਜਿਨ ਕਰੋ ਕਿ 23 25 25 ਸਾਲ ਦੇ ਵਿੱਚ 2 2 3 3 ਕਤਲ ਦੀਆਂ ਵਾਰਦਾਤਾਂ ਕੀ ਇਹਨਾਂ ਦੀ ਮੋਟੀਵੇਸ਼ਨ ਹੈ ਕੀ ਇਹਨਾਂ ਦੀ ਡਰਾਈਵ ਹੈ ਇਹਨਾਂ ਦੀ ਮਾਨਸਿਕਤਾ ਨੂੰ ਵੀ ਸਮਝਣ ਦੀ ਲੋੜ ਹੈ ਇਹ ਅਜਿਹੇ ਨੌਜਵਾਨ ਕਿਉਂਕਿ ਇਹ ਤਾਂ ਉਹ ਲੋਕ ਨੇ ਜੋ ਕਿ ਫੜੇ ਜਾਂਦੇ ਨੇ ਲੇਕਿਨ ਇਹਨਾਂ ਦੇ ਪਿੱਛੇ ਇੱਕ ਹੋਰ ਪਨੀਰੀ ਜਿਹੜੀ ਤਿਆਰ ਹੋ ਰਹੀ ਹੈ ਜ਼ਿਆਦਾ ਵੱਡੇ ਚਿੰਤਾ ਦਾ ਕਾਰਨ ਉਹ ਹੈ ਸੋ ਕਦੇ ਉਹਨਾਂ ਕਾਰਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਇਸ ਰਿਪੋਰਟ ਨੂੰ ਮੈਂ ਇੱਥੇ ਹੀ ਵਿਰਾਮ ਦਿੰਦਾ ਹਾਂ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ ਇੱਕ ਹੋਰ ਰਿਪੋਰਟ ਲੈ ਕੇ ਛੇਤੀ ਹੁੰਦੀਆਂ ਮੁਲਾਕਾਤ ਇੰਤਜ਼ਾਰ ਕਰੋ ਰਿਤੇਸ਼ ਲਖੀ ਅਨਪਲੱਗ ਬਨਾ ਜੁੜੇ ਰਹੋ